ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਦਬਾਓ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ। ਥੈਂਕ ਯੂ ਦੋਸਤੋ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਫੈਕਟਸ ਅਬਾਊਟ ਰੋਜ਼ਿਸ ਦੇ ਬਾਰੇ। ਸਭ ਤੋਂ ਪਹਿਲਾਂ ਫੈਕਟ ਹੈਗਾ ਓਲਡੈਸਟ ਫੋਸਿਲ। ਸਭ ਤੋਂ ਪੁਰਾਣਾ ਜੇਕਰ ਆਪਾਂ ਗੱਲ ਕਰੀਏ ਰੋਜ਼ ਦੀ ਤਾਂ ਉਹ ਆਪਾਂ ਨੂੰ ਕੋਲੋਰਾਡੋ ਵਿੱਚ ਮਿਲਿਆ ਹੈ ਜੋ ਕਿ 35 ਮਿਲੀਅਨ ਸਾਲ ਪੁਰਾਣਾ ਹੈ। ਇਸ ਫੋਸਿਲ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਇਹ ਤਸਵੀਰ ਜੋ ਹੈ ਸਭ ਤੋਂ ਓਲਡੈਸਟ ਫੋਸਿਲ ਦੀ ਹੈ ਜੋ ਕਿ ਰੋਜ਼ ਦਾ ਹੈ। ਉਸ ਤੋਂ ਬਾਅਦ ਆਪਾਂ ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ ਜੋ ਕਿ ਹੈ ਸਪੀਸ਼ੀਜ਼ ਆਫ ਰੋਜ਼। ਸਪੀਸ਼ੀਜ਼ ਆਫ ਰੋਜ਼ ਦੀ ਗੱਲ ਕਰੀਏ ਤਾਂ ਆਪਾਂ ਇਸਦੀ ਲਗਭਗ 150 ਸਪੀਸ਼ੀਜ਼ ਯਾਨੀ ਕਿ 150 ਸਪੀਸ਼ੀਜ਼ ਹੁੰਦੀਆਂ ਨੇ ਜੋ ਜ਼ਿਆਦਾਤਰ ਕਿ ਹੋਲੈਂਡ ਅਤੇ ਮੈਕਸੀਕੋ ਦੇ ਵਿੱਚ ਹੀ ਪਾਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਹਾਂਗੇ ਕਲਰ ਆਫ ਬਲੈਕ ਰੋਜ਼। ਜੇਕਰ ਤੁਸੀਂ ਬਲੈਕ ਰੋਜ਼ ਬਾਰੇ ਨਹੀਂ ਸੁਣਿਆ ਜਾਂ ਨਹੀਂ ਦੇਖਿਆ ਤਾਂ ਤੁਸੀਂ ਇਸ ਤਸਵੀਰ ਵਿੱਚ ਦੇਖ ਸਕੋਗੇ। ਅਸਲ ਵਿੱਚ ਜੋ ਬਲੈਕ ਰੋਜ਼ ਹੁੰਦਾ ਹੈ ਉਹ ਅਸਲ ਵਿੱਚ ਬਲੈਕ ਕਲਰ ਦਾ ਨਹੀਂ ਹੁੰਦਾ ਬਲਕਿ ਉਹ ਉਸਦਾ ਕਲਰ ਹੁੰਦਾ ਹੈ ਜੋ ਅਸਲ ਵਿੱਚ ਬਹੁਤ ਹੀ ਜ਼ਿਆਦਾ ਡਾਰਕ ਰੈੱਡ ਮਤਲਬ ਬਹੁਤ ਹੀ ਜ਼ਿਆਦਾ ਗੂੜਾ ਲਾਲ ਹੁੰਦਾ ਹੈ ਜੋ ਕਿ ਆਪਾਂ ਨੂੰ ਬਲੈਕ ਲੱਗਦਾ ਹੈ। ਇਹ ਤਸਵੀਰ ਬਲੈਕ ਰੋਜ਼ ਦੀ ਹੈ ਯਾਨੀ ਕਿ ਇੱਕ ਡਾਰਕ ਰੈੱਡ ਰੋਜ਼ ਦੀ, ਠੀਕ ਹੈ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੇਕਰ ਇਸ ਨੂੰ ਐਕਸਪੈਰੀਮੈਂਟਸ ਦੇ ਨਾਲ ਇਸਦਾ ਕਲਰ ਥੋੜ੍ਹਾ ਲਾਈਟਨ ਕਰਿਆ ਜਾਵੇ ਤਾਂ ਇਸ ਦੀ ਤਸਵੀਰ ਤੁਹਾਨੂੰ ਬਿਲਕੁਲ ਇਸ ਪ੍ਰਕਾਰ ਦਿਖੇਗੀ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਕੰਟਰੀਜ਼ ਵਿਦ ਮੋਸਟ ਪਰਸੈਂਟੇਜ ਆਫ ਰੋਜ਼ਸ ਯਾਨੀ ਕਿ ਜਿਸ ਕਿਸ ਕਿਸ ਕੰਟਰੀ ਵਿੱਚ ਸਭ ਤੋਂ ਜ਼ਿਆਦਾ ਰੋਜ਼ਸ ਪਾਏ ਜਾਂਦੇ ਨੇ। ਪਹਿਲੀ ਹੈਗੀ ਕਿ ਇਕੁਆਡੋਰ ਜਿਹਦੇ ਵਿੱਚ 50% ਜੋ ਹੈ ਲੈਂਡ ਕਵਰ ਹੈ ਅਤੇ ਦੂਸਰੀ ਹੈ ਜ਼ਾਂਬੀਆ। ਇਕੁਆਡੋਰ ਦਾ ਮੈਪ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ। ਇਹ ਵਰਲਡ ਮੈਪ ਹੈ ਜੋ ਕਿ ਜਿਹੜਾ ਇਸ ਦੇ ਰੈੱਡ ਪੋਰਸ਼ਨ ਹੈ ਉਹ ਹੈਗਾ ਇਕੁਆਡੋਰ। ਇਸ ਦੇ ਵਿੱਚ 50% ਲੈਂਡ ਕਵਰ ਹੈ ਅਤੇ ਜਿਹੜੀ ਆ ਦੂਸਰੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਹੈ ਜ਼ਾਂਬੀਆ ਦੀ ਜਿੱਥੇ 80% ਲੈਂਡ ਹੈ ਜੋ ਉਹ ਰੋਜ਼ਸ ਨਾਲ ਕਵਰ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਹਾਊ ਮੱਚ ਪਲਾਂਟ ਆਫ ਰੋਜ਼ ਕੈਨ ਲਾਈਵ ਯਾਨੀ ਕਿ ਕਿੰਨਾ ਟਾਈਮ ਤੱਕ ਇੱਕ ਰੋਜ਼ ਜਿਉਂਦਾ ਰਹਿ ਸਕਦਾ। ਇਹ ਲਗਭਗ ਰੋਜ਼ ਜੋ 1000 ਸਾਲ ਤੱਕ ਜਿੰਦਾ ਰਹਿ ਸਕਦਾ ਜੇਕਰ ਉਸਦੀ ਚੰਗੀ ਕੇਅਰ ਕੀਤੀ ਜਾਵੇ। ਹੁਣ ਰੋਜ਼ ਇੱਕ ਪਲਾਂਟ ਬਹੁਤ ਛੋਟਾ ਪਲਾਂਟ ਹੋਵੇ ਤਾਂ ਨਹੀਂ ਉਸ ਜਿੰਦਾ ਰਹਿ ਸਕਦਾ, ਲੇਕਿਨ ਜੇਕਰ ਉਹੀ ਰੋਜ਼ ਦੀ ਬਹੁਤ ਹੀ ਵੱਡੀਆਂ ਵੱਡਾ ਰੋਜ਼ ਹੈ ਤਾਂ ਉਹ ਜਿਉਂਦਾ ਰਹਿ ਸਕਦਾ ਹੈ। ਉਸ ਤੋਂ ਬਾਅਦ ਤੁਸੀਂ ਇਹ ਦੋ ਤਸਵੀਰਾਂ ਦੇਖ ਸਕਦੇ ਹੋ। ਇਸ ਪ੍ਰਕਾਰ ਦੇ ਪੌਦੇ 1000 ਸਾਲ ਤੱਕ ਜੀਵਿਤ ਰਹਿ ਸਕਦੇ ਨੇਗੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਰੋਜ਼ਸ ਐਜ਼ ਅ ਲਗਜ਼ਰੀਅਸ ਆਈਟਮ। ਰੋਜ਼ ਨੇਗੇ ਜੋ ਲਗਜ਼ਰੀਅਸ ਆਈਟਮ ਦੀ ਤਰ੍ਹਾਂ ਸ਼ੋ ਹੁੰਦੇ ਨੇ। ਉਸ ਤੋਂ ਬਾਅਦ ਰੋਜ਼ ਨੂੰ ਪੁਰਾਣੇ ਟਾਈਮ ਤੋਂ ਹੀ ਯੂਜ਼ ਕੀਤਾ ਜਾਂਦਾ ਹੈਗਾ ਰੂਮ ਡੈਕੋਰੇਸ਼ਨ ਅਤੇ ਨੈਕਲੇਸ ਰਿੰਗ ਦੇ ਲਈ। ਉਸ ਤੋਂ ਬਾਅਦ ਜੇਕਰ ਤੁਸੀਂ ਕਿਤੇ ਸੁਣਿਆ ਹੋਵੇ ਅੰਡਰ ਦਾ ਰੋਜ਼ ਤਾਂ ਇਹਦਾ ਮਤਲਬ ਹੁੰਦਾ ਇੱਕ ਸੀਕਰੇਟ। ਪੁਰਾਣੇ ਜ਼ਮਾਨੇ ਵਿੱਚ ਇਹ ਵਰਡ ਬਹੁਤ ਯੂਜ਼ ਕੀਤਾ ਜਾਂਦਾ ਸੀ ਅੰਡਰ ਦਾ ਰੋਜ਼। ਇਸ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਰੋਜ਼ ਤੋਂ ਬਣਿਆ ਹੋਇਆ ਤੇਲ ਅਤੇ ਰੋਜ਼ ਦੇ ਪੈਟਲਸ ਜੋ ਕਿ ਲਗਜ਼ਰੀਅਸ ਆਈਟਮ ਵਿੱਚ ਯੂਜ਼ ਕੀਤੇ ਜਾਂਦੇ ਸੀਗੇ। ਉਸ ਤੋਂ ਬਾਅਦ 7ਵਾਂ ਪੁਆਇੰਟ ਹੈ ਰੋਜ਼ ਓਇਲ ਐਂਡ ਪੈਟਲਸ। ਰੋਜ਼ ਓਇਲ ਅਤੇ ਪੈਟਲਸ ਰੋਜ਼ ਦੇ ਜਿਹੜੇ ਪੈਟਲਸ ਨੇਗੀਆਂ ਇਟ ਇਜ਼ ਯੂਜਡ ਬਾਏ ਰਿਚ ਐਂਡ ਫੇਮਸ ਪੀਪਲ। ਇਹ ਜਿਹੜਾ ਤੇਲ ਅਤੇ ਜਿਹੜੇ ਰੋਜ਼ ਦੇ ਪੈਟਲਸ ਸੀਗੇ ਇਸ ਨੂੰ ਯੂਜ਼ ਕੀਤਾ ਜਾਂਦਾ ਸੀ ਰਿਚ ਪੀਪਲ ਦੁਆਰਾ ਨਹਾਉਣ ਵਾਸਤੇ। ਮੈਂ ਵੀ ਸ਼ੌਕ ਹਾਂ। ਉਸ ਤੋਂ ਬਾਅਦ 8ਵਾਂ ਪਾ ਡਿਫਰੈਂਟ ਰੋਜ਼ ਡਿਫਰੈਂਟ ਇਮੋਸ਼ਨ। ਉਸ ਤੋਂ ਬਾਅਦ ਹੈਪੀ ਰੋਜ਼ ਔਰ ਰੇਨਬੋ ਰੋਜ਼। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਹੈਪੀ ਰੋਜ਼ ਅਤੇ ਰੇਨਬੋ ਰੋਜ਼। ਸਭ ਤੋਂ ਜ਼ਿਆਦਾ ਰੋਜ਼ ਜੋ ਹੈ ਉਹ ਕੋਸਟਲੀਅਰ ਹੈ ਹੈਪੀ ਰੋਜ਼ ਜਿਸ ਦੀ ਕੀਮਤ 25 ਯੂਰੋ ਹੈ ਜੋ ਕਿ 2000 ਰੁਪਏ ਦਾ ਜਾਂ ਇੰਡੀਅਨ ਦੇ ਹਿਸਾਬ ਨਾਲ ਵੱਧ ਹੋਊਗਾ। ਹੈਪੀ ਰੋਜ਼ ਜਾਂ ਰੇਨਬੋ ਰੋਜ਼ ਦੀ ਤਸਵੀਰ ਇਸ ਪ੍ਰਕਾਰ ਹੁੰਦੀ ਹੈ। ਅਸਲ ਵਿੱਚ ਹੀ ਦਿਖਦਾ ਇਸ ਜੋ ਕਿ ਮੈਨੂੰ ਸ਼ੌਂਕ ਲੱਗਿਆ ਸੁਣ ਕੇ। ਅਤੇ 10ਵਾਂ ਪੁਆਇੰਟ ਹੈ
नेशनल फ्लावर ऑफ अमेरिका, जिहड़ा अपना रोज़ हैगा वह दो देशों का नैशनल फ्लावर हैगा, पर इन दोहां दे विच एक डिफरेंस हैगा। जो USA हैगा उसका एक रोज़ हैगा, उसका नाम हैगा रोज़ा उसकी स्पीशीज़ का, तो UK दे विच भी रोज़ ही नैशनल फ्लावर है जिसका नाम हैगा गा ये तस्वीर है जी अपनी रोज़ा की हैगी। तो यह जो तस्वीर हैगी अपनी UK दे रोज़ की है।